ਕਿਤਾਬ ਤੂਫਾਨਾਂ ਦਾ ਸ਼ਾਹਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਲੇਖਕ ਸਰਦਾਰ ਅਜਮੇਰ ਸਿੰਘ ਭਾਗ ਪਹਿਲਾ ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ ਮੁੱਢਲੇ ਸ਼ਬਦ ਮੂਲ ਮੁੱਦਾ ਜੀਵਨ ਲੇਖਣੀ ਬਾਰੇ ਨਜ਼ਰੀਆ ਅਤੇ ਮਨ ਦਾ ਰਹੱਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਈ ਲੇਖਾਰੀਆਂ ਨੇ ਬੇਸਮਝੀ ਜਾਂ ਕਿਸੇ ਗੈਰ ਜਮਹੂਰੀ ਸਿਆਸੀ ਅਸਰ ਹੇਠ ਆ ਕੇ ਗਦਰ ਪਾਰਟੀ ਦੀ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅੰਗਰੇਜ਼ਾਂ ਦੇ ਏਜੰਟਾਂ ਦਾ ਇਹ ਪ੍ਰਚਾਰ ਸੀ ਕਿ ਗਦਰ ਪਾਰਟੀ ਲਾਲਾ ਹਰਦੇਵਾਲ ਨੇ ਖੜੀ ਕੀਤੀ ਹੈ ਨਹੀਂ ਤਾਂ ਇਹ ਪੰਜਾਬੀਆਂ ਦਾ ਅਨਪੜ੍ਹ ਟੋਲਾ ਹੀ ਹੈ ਸਕੂਲਾਂ ਵਿੱਚ ਨਵੀਆਂ ਲੱਗੀਆਂ ਕਿਤਾਬਾਂ ਵਿੱਚ ਅੰਗਰੇਜ਼ਾਂ ਦੇ ਪ੍ਰਚਾਰ ਦੇ ਪੱਖ ਵਿੱਚ ਅਤੇ ਗਦਰ ਪਾਰਟੀ ਦੀ ਜਮਹੂਰੀ ਲਾਈਨ ਨੂੰ ਇਤਿਹਾਸ ਵਿੱਚੋਂ ਨਾਬੂਦ ਕਰਨ ਖਾਤਰ ਹਕੂਮਤ ਨੇ ਵੀ ਪਾਲਸੀ ਅਖਤਿਆਰ ਕਰ ਲਈ ਹੈ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਸਾਰੇ ਲਖਾਰੀ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਗੇ ਅਤੇ ਜਾਗੀ ਹੋਈ ਕੌਮ ਅਤੇ ਦੇਸ਼ ਆਪਣੀ ਇਨਕਲਾਬੀ ਤਾਰੀਖ ਨੂੰ ਸੱਚੇ ਅਰਥਾਂ ਵਿੱਚ ਜਨਤਾ ਦੇ ਸਾਹਮਣੇ ਲਿਆਉਣਗੇ ਬਾਬਾ ਸੋਹਣ ਸਿੰਘ ਪਕਣਾ ਮੁੱਢਲੇ ਸ਼ਬਦ ਗਦਰ ਪਾਰਟੀ ਤੇ ਲਹਿਰ ਨਾਲ ਸੰਬੰਧਿਤ ਲਿਖਤਾਂ ਵਿੱਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਮੁਕੰਮਲ ਤੇ ਬਜਵੀ ਨਹੀਂ ਹੈ ਜਿੰਨੇ ਕੋ ਤੱਥ ਮਿਲਦੇ ਹਨ ਉਹ ਅਧੂਰੇ ਖਿਲਰੇ ਬਿਖਰੇ ਤੇ ਉਗੜੇ ਡੁਗੜੇ ਹਨ ਇਹਨਾਂ ਤੱਥਾਂ ਦਾ ਸੋਮਾ ਮੁੱਖ ਤੌਰ ਤੇ ਉਸ ਦੇ ਸਹਿ ਸੰਗਰਾਮੀਆਂ ਜਾਂ ਸਮਕਾਲੀਆਂ ਦੀਆਂ ਲਿਖਤਾਂ ਹਨ ਪਰ ਸਮੱਸਿਆ ਇਹ ਹੈ ਕਿ ਇਹਨਾਂ ਲਿਖਤਾਂ ਵਿੱਚ ਦਰਜ ਬਹੁਤ ਸਾਰੇ ਤੱਥ ਤੇ ਵੇਰਵੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ ਅਜਿਹੀ ਹਾਲਤ ਵਿੱਚ ਠੀਕ ਤੇ ਗਲਤ ਦਾ ਨਿਰਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਕਸਰ ਦੇਖਣ ਵਿੱਚ ਆਇਆ ਹੈ ਕਿ ਲਹਿਰ ਵਿੱਚ ਸਰਗਰਮ ਰਹੇ ਵਿਅਕਤੀ ਜਦੋਂ ਕੁਝ ਸਮਾਂ ਬੀਤ ਜਾਣ ਪਿੱਛੋਂ ਯਾਦ ਆਸ਼ਤ ਦੇ ਆਧਾਰ ਤੇ ਲਹਿਰ ਦੌਰਾਨ ਵਾਪਰੀਆਂ ਘਟਨਾਵਾਂ ਦੇ ਵੇਰਵੇ ਲਿਖਣ ਲੱਗਦੇ ਹਨ ਤਾਂ ਉਹਨਾਂ ਦੇ ਬਿਰਤਾਂਤ ਅੰਦਰ ਤਾਰੀਖਾਂ ਤੱਥਾਂ ਤੇ ਘਟਨਾਵਾਂ ਦੇ ਵਰਣਨ ਵਿੱਚ ਗਲਤ ਬਿਆਨੀ ਦੀ ਸੰਭਾਵਨਾ ਹੁੰਦੀ ਹੈ ਕੁਝ ਤਾਂ ਕੁਦਰਤ ਦੇ اٹਲ ਨਿਜਮ ਅਨੁਸਾਰ ਸਮਾਂ ਪੈਣ ਨਾਲ ਯਾਦ ਆਸ਼ਤ ਧੁੰਦਲੀ ਹੋ ਜਾਂਦੀ ਹੈ ਜਿਸ ਕਰਕੇ ਕੁਝ ਮਾਮਲਿਆਂ ਵਿੱਚ ਅਣਜਾਣੇ ਰੂਪ ਵਿੱਚ ਤੱਥਾਂ ਤੇ ਤਰੀਕਾ ਬਾਰੇ ਟਪਲਾ ਲੱਗ ਜਾਣਾ ਸੁਭਾਵਿਕ ਹੁੰਦਾ ਹੈ ਪਰ ਇਸ ਤੋਂ ਬਿਨਾ ਵੀ ਲਹਿਰਾਂ ਨਾਲ ਜੁੜੇ ਰਹੇ ਕੁਝ ਵਿਅਕਤੀਆਂ ਅੰਦਰ ਆਪਣੇ ਅੰਤਰਮੁਖੀ ਝੁਕਾਵਾ ਤੇ ਪੱਕ ਚੁੱਕੇ ਸੰਸਕਾਰਾਂ ਮੁਤਾਬਕ ਤੱਥਾਂ ਨੂੰ ਗਲਤ ਸ਼ਕਲ ਦੇਣ ਜਾਂ ਮਨ ਘੜਤ ਤੱਥ ਸਿਰਜਣ ਦੀ ਅੰਤਰਮੁਖੀ ਵਰਤੀ ਹੁੰਦੀ ਹੈ ਹੋਰ ਨਾ ਲਹਿਰਾਂ ਵਾਂਗ ਗਦਰ ਲਹਿਰ ਅੰਦਰ ਵੀ ਦੋ ਕਿਸਮ ਦੇ ਵਿਅਕਤੀ ਸਨ ਇੱਕ ਉਹ ਜਿਹੜੇ ਲਹਿਰ ਦਾ ਧੁਰਾ अथवा ਜਿੰਦਜਾਨ ਸਨ ਇਹ ਸੰਗਰਾਮੀਏ ਉੱਚੇ ਤੇ ਸੱਚੇ اخلاق ਦੇ ਮਾਲਕ ਸਨ ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਰਤੀ ਪਰ ਅੰਤਰ ਨਹੀਂ ਸੀ ਇਹਨਾਂ ਸੰਗਰਾਮੀਆਂ ਵਿੱਚੋਂ ਜ਼ਿਆਦਾਤਰ ਸ਼ਹੀਦ ਹੋ ਗਏ ਜਾਂ ਲੰਮਾ ਸਮਾਂ ਜੇਲਾ ਅੰਦਰ ਕੈਦ ਰਹੇ ਪਰ ਇਸ ਦੇ ਨਾਲ ਹੀ ਗਦਰ ਲਹਿਰ ਦੇ ਮੁਢਲੇ ਦੌਰ ਅੰਦਰ ਅਮਰੀਕਾ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਕੁਝ ਭਾਰਤੀ ਵਿਦਿਆਰਥੀ ਤੇ ਬੁੱਧੀਜੀਵੀ ਜਿਹੜੇ ਹਿੰਦੂ ਉੱਚ ਜਾਤੀਆਂ ਨਾਲ ਸੰਬੰਧਿਤ ਸਨ ਵੀ ਗਦਰ ਲਹਿਰ ਨਾਲ ਜੁੜ ਗਏ ਸਨ ਉਹਨਾਂ ਨੇ ਕੁਝ ਸਮੇਂ ਲਈ ਗਦਰ ਪਾਰਟੀ ਦੀਆਂ ਪ੍ਰਚਾਰ ਸਰਗਰਮੀਆਂ ਵਿੱਚ ਉਤਸ਼ਾਹਪੂਰਨ ਰੋਲ ਨਿਭਾਇਆ ਸੀ ਪਰ ਜਦੋਂ 1914 ਵਿੱਚ ਸੰਸਾਰ ਜੰਗ ਛੇੜਪੈਣ ਉਪਰੰਤ ਅਮਰੀਕਾ ਕੈਨੇਡਾ ਤੇ ਧੁਰ ਪੂਰਬ ਦੇ ਟਾਪੂਆਂ ਤੋਂ ਭਾਰਤੀ ਪ੍ਰਵਾਸੀਆਂ ਜਿਨ੍ਹਾਂ ਵਿੱਚੋਂ 90 ਫੀਸਦੀ ਤੋਂ ਵਧੇਰੇ ਸਿੱਖ ਸਨ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭਾਰੀ ਗਿਣਤੀ ਵਿੱਚ ਦੇਸ਼ਵਲ ਵਹੀਰਾਂ ਘਤ ਦਿੱਤੀਆਂ ਸਨ ਤਾਂ ਇਨ੍ਹਾਂ ਮੱਧ ਵਰਗੀ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਚੋਂ ਬਹੁਤਿਆਂ ਨੇ ਆਪਣੇ ਪੈਰ ਪਛਾਂਹ ਖਿੱਚ ਲਏ ਸਨ ਲਹਿਰ ਖਤਮ ਹੋ ਜਾਣ ਖਾਸ ਕਰਕੇ ਭਾਰਤ ਵਿੱਚੋਂ ਬਸਤੀਵਾਦੀ ਰਾਜ ਦੇ ਖਾਤਮੇ ਤੋਂ ਬਾਅਦ ਇਨ੍ਹਾਂ ਚੋਂ ਕੁਝ ਵਿਅਕਤੀਆਂ ਅੰਦਰ ਗਦਰ ਲਹਿਰ ਬਾਰੇ ਆਪਣੀਆਂ ਯਾਦਾਂ ਲਿਖਣ ਦਾ ਜੋਸ਼ ਜਾਗ ਉੱਠਿਆ ਮਾਧ ਵਰਗੀ ਬੁੱਧੀਮਾਨ ਲੋਕਾਂ ਅੰਦਰ ਅਕਸਰ ਹੀ ਆਪਣੇ ਰੋਲ ਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਪਰਵਰਤੀ ਹੁੰਦੀ ਹੈ ਉਹ ਲਹਿਰ ਦੇ ਖਤਮ ਹੋ ਜਾਣੋਂ ਪਰੰਤ ਲਹਿਰ ਦੇ ਮਹਿਬੂਬ ਨਾਇਕ ਜਾਂ ਨਾਇਕਾ ਨਾਲ ਆਪਣੀ ਨੇੜਤਾ ਦਰਸਾ ਕੇ ਆਪਣੀ ਮਹੱਤਤਾ ਦਰਸਾਉਣ ਦੇ ਯਤਨ ਕਰਦੇ ਹਨ ਇਸ ਰੌਸ਼ਨੀ ਵਿੱਚ ਦਰੀਸੀ ਚੈਨ ਚਈਆ ਤਾਰਕਨਾਥ ਗੋਬਿੰਦ ਬਿਹਾਰੀ ਲਾਲ ਭਾਈ ਪਰਮਾਨੰਦ ਲਾਹੌਰ ਆਦਿਆਂ ਲਿਖਤਾਂ ਨੂੰ ਸ਼ੱਕ ਤੇ ਪਰਚੋਲਵੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਉਹਨਾਂ ਵੱਲੋਂ ਲਿਖੀ ਕਈ ਕਿਸੇ ਵੀ ਗੱਲ ਨੂੰ ਇਨ ਬਿਨ ਪਰਵਾਹ ਨਹੀਂ ਕਰਨਾ ਚਾਹੀਦਾ। ਉਹਨਾਂ ਦੀਆਂ ਲਿਖਤਾਂ ਵਿੱਚ ਦਰਜ ਤੱਥ ਸਮੱਗਰੀ ਨੂੰ ਪ੍ਰਮਾਣਿਕ ਮੰਨ ਲੈਣ ਦੀ ਗਲਤੀ ਕਦਾਚਿਤ ਨਹੀਂ ਕਰਨੀ ਚਾਹੀਦੀ। ਕੁਝ ਜੀਵਨੀਕਾਰਾਂ ਨੇ ਰਾਸ਼ਟਰਵਾਦ ਦੇ ਬਨੋਟੀ ਜਜ਼ਬੇ ਜਾਂ ਸੰਸਾਰੀ ਖੋਜ ਦੇ ਸਵਾਰਥੀ ਮਨੋਰਥ ਅਧੀਨ ਇਸ ਗੈਰ ਭਰੋਸੇਯੋਗ ਤੱਥ ਸਮਗਰੀ ਨੂੰ ਆਧਾਰ ਬਣਾ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਵਿਚਾਰ ਧਾਰਾ ਤੇ ਅਮਲਾਂ ਨੂੰ ਗਲਤ ਰੌਸ਼ਨੀ ਵਿੱਚ ਪੇਸ਼ ਕਰਨ ਦੇ ਯਤਨ ਕੀਤੇ ਹਨ ਇਸੇ ਤਰ੍ਹਾਂ ਕੁਝ ਕੋ ਲੇਖਕਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਲਿਖੀਆਂ ਲਿਖਤਾਂ ਗੈਰ ਗੰਭੀਰ ਚਿੰਤਨ ਦੀ ਬਜਾਏ ਚੇਤਨਾ ਦੀ ਕਿਸੇ ਉਪਭਾਵਕ ਹਿਲਜੁਲ ਦਾ ਸਿੱਟਾ ਹਨ ਇਨ੍ਹਾਂ ਵਿੱਚੋਂ ਸ਼ਹੀਦ ਦਾ ਜਿਹੜਾ ਬਿੰਬ ਉੱਭਰਦਾ ਹੈ ਉਹ ਅਸਲੀਅਤ ਤੋਂ ਦੂਰ ਹੈ ਜੇਕਰ ਲੇਖਕ ਦੀ ਰਚਨਾ ਦੇ ਪਿੱਛੇ ਚਿੰਤਨਾਂ ਦੀ ਕੋਈ ਸਹਿਜ ਦ੍ਰਿਸ਼ਟੀਕਾਂਮ ਨਹੀਂ ਕਰਦੀ ਕੇਵਲ ਸਮਕਾਲੀ ਵਿਚਾਰਧਾਰਾ ਦੀ ਸੌੜੀ ਬਲਗਣ ਵਿੱਚ ਰਹਿ ਕੇ ਲਿਖਿਆ ਜਾਂਦਾ ਹੈ ਤਾਂ ਇਸ ਤੋਂ ਇਤਿਹਾਸ ਦੀ ਵਿਗੜੀ ਸ਼ਕਲ ਸਾਹਮਣੇ ਆਉਂਦੀ ਹੈ ਉਪਰੋਕਤ ਵੰਗੀ ਦੇ ਲੇਖਕਾਂ ਕੋਲ ਤੱਥਾਂ ਨੂੰ ਇਕੱਤਰ ਕਰਨ ਤੇ ਤਰਤੀਬ ਦੇਣ ਦੀ ਯੋਗਤਾ ਤੇ ਯੋਗਤਾ ਤਾਂ ਬੇਸ਼ੱਕ ਹੈ ਪਰ ਤੱਥਾਂ ਦੀਆਂ ਬਰੀਕ ਤੇ ਬਹੁਤ ਪਾਸਾਰੀ ਪਰਤਾਂ ਨੂੰ ਵੇਖਣ ਤੇ ਸਮਝਣ ਦੀ ਬৌਧਿਕ ਸਮਰੱਥਾ ਨਹੀਂ ਹੈ ਤੱਥਾਂ ਦੀ ਸਹੀ ਵਿਆਖਿਆ ਕਰਨ ਵਾਸਤੇ ਤੱਥਾਂ ਨੂੰ ਅਨੁਭਵ ਦੀ ਅੱਖ ਨਾਲ ਸਮਝਣਾ ਪੈਂਦਾ ਹੈ ਨਤੀਜੇ ਕੱਢਣ ਵੇਲੇ ਤਤ ਅਤੇ ਦਲੀਲ ਵਿਚਕਾਰ ਸੰਜੀਵ ਰਿਸ਼ਤਾ ਬਣਨਾ ਚਾਹੀਦਾ ਆ ਉਸਤਨ ਅਖਬਾਰਨ ਵਿਸੀ ਦੇ ਪੱਦਰ ਦੀਆਂ ਲਿਖਤਾ ਅੰਦਰ ਗਦਰ ਸੰਗਰਾਮੀਆਂ ਵਿਰੁੱਧ ਭੁਗਤੇ ਸਰਕਾਰੀ ਗਵਾਹਾਂ ਦੀਆਂ ਗਵਾਹੀਆਂ ਅਤੇ ਸਰਕਾਰੀ ਅਦਾਰਿਆਂ ਤੋਂ ਕਰਿੰਦਿਆਂ ਪੁਲਿਸ ਸੀਆਈਡੀ ਦੇ ਕਰਮਚਾਰੀਆਂ ਦੀਆਂ ਰਿਪੋਰਟਾਂ ਨੂੰ ਬੇਸਮਝੀ ਨਾਲ ਵਰਤਣ ਦੀ ਉਕਾਈ ਆਮ ਹੋਈ ਹੈ ਵਿਚਾਰ ਧਾਰਕ ਨਿਰਪੱਖਤਾ ਦੇ ਸਵੈ ਸਿਰਜੇ ਭਰਮ ਅਧੀਨ ਤੱਥਾਂ ਨੂੰ ਇਨ ਬਿਨ ਪੇਸ਼ ਕਰਨ ਦਾ ਜਨੂਨ ਵੀ ਇਤਿਹਾਸ ਨੂੰ ਗਲਤ ਸ਼ਕਲ ਦੇਣ ਵਿੱਚ ਸਹਾਈ ਹੋ ਨਿਬੜਦਾ ਹੈ ਤੱਥਾਂ ਨੂੰ ਸਿਰਜਣ ਵਾਲੀ ਅਦ੍ਰਿਸ਼ਟ ਪ੍ਰੇਰਣਾ ਨੂੰ ਸਮਝੇ ਬਿਨਾ ਤੱਥਾਂ ਚੋਂ ਸਹੀ ਨਤੀਜੇ ਨਹੀਂ ਕੱਢੇ ਜਾ ਸਕਦੇ ਇਨਕਲਾਬੀ ਲਹਿਰਾਂ ਦਾ ਇਤਿਹਾਸ ਲਿਖਣ ਲਈ ਇਸ ਦੇ ਪਾਤਰਾਂ ਦੇ ਅਹਿਸਾਸਾਂ ਨੂੰ ਪਕੜਨਾ ਜਿੰਨਾ ਜ਼ਰੂਰੀ ਹੁੰਦਾ ਹੈ ਉਨਾ ਹੀ ਦੁੱਭਰ ਹੁੰਦਾ ਹੈ ਇਸ ਦ੍ਰਿਸ਼ਟੀ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੋ ਜਾਂਦਾ ਹੈ ਹਥਲੀ ਲਿਖਤ ਦਾ ਪਹਿਲਾ ਕਾਂਡ ਇਸੇ ਸਮੱਸਿਆ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ ਭਾਰਤੀ ਉਪਮਹਾਦੀਪ ਵਿੱਚੋਂ ਵਸਤੀਵਾਦੀ ਰਾਜ ਦਾ ਖਾਤਮਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਕਿਸੇ ਵੀ ਰਾਜਸੀ ਸਰਗਰਮੀ ਦਾ ਵੇਲੇ ਦੀ ਭਾਰੂ ਰਾਜਸੀ ਵਿਚਾਰਧਾਰਾ ਰਾਸ਼ਟਰਵਾਦ ਦੇ ਹਵਾਲੇ ਤੋਂ ਬਿਨਾਂ ਸਹੀ ਵਿਸ਼ਲੇਸ਼ਣ ਕਰਨਾ ਸੰਭਵ ਨਹੀਂ ਹੈ ਇਸ ਕਰਕੇ ਹਥਲੀ ਕਿਤਾਬ ਦੇ ਦੂਜੇ ਕਾਣ ਅੰਦਰ ਭਾਰਤ ਵਿੱਚ ਰਾਸ਼ਟਰਵਾਦ ਦੇ ਆਗਮਨ ਤੇ ਵਿਕਾਸ ਦਾ ਸੰਖੇਪ ਖਾਕਾ ਪੇਸ਼ ਕੀਤਾ ਗਿਆ ਖਾਸ ਕਰਕੇ 20ਵੀਂ ਸਦੀ ਦੇ ਮੋੜ ਵਿੱਚ ਬੰਗਾਲ ਅੰਦਰ ਉੱਭਰੇ ਜੁਝਾਰੂ ਹਿੰਦੂ ਰਾਸ਼ਟਰਵਾਦ ਦੇ ਵਰਤਾਰੇ ਦਾ ਪੜਚੋਲਮਾ ਵਿਸ਼ਲੇਸ਼ਣ ਕਰਨ ਅਤੇ ਇਸ ਦੇ ਗਦਰ ਲਹਿਰ ਉੱਤੇ ਪਏ ਵਿਚਾਰ ਧਾਰਕ ਤੇ ਅਮਲੀ ਪ੍ਰਭਾਵਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਨਜ਼ਰੇ ਪਾਠਕਾਂ ਨੂੰ ਇਹ ਕਾંડ ਅਟੁਕਵਾ ਜਾਂ ਬੇਲੋੜਾ ਲੱਗ ਸਕਦਾ ਹੈ ਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਾਸ਼ੀ ਰੋਲ ਨੂੰ ਸਹੀ ਪ੍ਰਸੰਗ ਵਿੱਚ ਰੱਖ ਕੇ ਸਮਝਣ ਲਈ ਇਸ ਸਮਕਾਲੀ ਤੇਜ਼ੋਰਾਵਰ ਰਾਸੀ ਰੁਝਾਨ ਤੋਂ ਜਾਣੂ ਹੋਣਾ ਅਤੇ ਅੰਤ ਜ਼ਰੂਰੀ ਹੈ ਉੱਤਰੀ ਅਮਰੀਕਾ ਦੀ ਧਰਤੀ ਉੱਤੇ ਗਦਰ ਲਹਿਰ ਇੱਕਦਮ ਅਚਾਨਕ ਤੇ ਕਿਸੇ ਖਲਾਅ ਤੋਂ ਪੈਦਾ ਨਹੀਂ ਸੀ ਹੋਈ ਇਸ ਦੇ ਪੈਦਾ ਹੋਣ ਤੋਂ ਪਹਿਲਾਂ ਕੁਝ ਗੁਰਮਤ ਗੁੱਧੀਆਂ ਹਸਤੀਆਂ ਨੇ ਆਵਾਸੀ ਸਿੱਖ ਭਾਈਚਾਰੇ ਨੂੰ ਪੱਛਮੀ ਸਭਿਆਤਾ ਦੇ ਨਿਗਾਰਵਾਦੀ ਅਸਰਾਂ ਤੋਂ ਬਚਾਉਣ ਦੇ ਮੰਤਵ ਨਾਲ ਕੈਨੇਡਾ ਅਮਰੀਕਾ ਤੇ ਪੂਰਬ ਦੇ ਟਾਪੂਆਂ ਅੰਦਰ ਸਿੱਖ ਧਰਮ ਦੇ ਪ੍ਰਚਾਰ ਦੀ ਇੱਕ ਵਿਆਪਕ ਤੇ ਜਥੇਬੰਦਕ ਮੁਹਿੰਮ ਚਲਾਈ ਸੀ ਜਿਸ ਨੇ ਗਦਰ ਲਹਿਰ ਦੇ ਉਪਜਣ ਲਈ ਜ਼ਰਖੇ ਜ਼ਮੀਨ ਤਿਆਰ ਕਰ ਦਿੱਤੀ ਸੀ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਦੀਆਂ ਸੌੜੀਆਂ ਵਲਗਣਾ ਵਿੱਚ ਰਹਿ ਕੇ ਲਿਖੀਆਂ ਗਈਆਂ ਲਿਖਤਾਂ ਅੰਦਰ ਇਸ ਅਤ ਐਮ ਪੱਖ ਨੂੰ ਸੁਚੇਤ ਰੂਪ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ ਇਸ ਤੋਂ ਇਲਾਵਾ ਗਦਰ ਲਹਿਰ ਦੇ ਹਾਕ ਵਿੱਚ ਪੈਦਾ ਹੋਏ ਉਭਾਰ ਅੰਦਰ ਸਮਅਕਾਲੀ ਪੱਖਵੇਂ ਸਿੱਖ ਮੁੱਦਿਆਂ ਦੀ ਪ੍ਰਧਾਨਤਾ ਦੇ ਤੱਤ ਨੂੰ ਵੀ ਜਾਣਬੁੱਝ ਕੇ ਅੱਖੋਂ-ਉਲੇ ਕੀਤਾ ਗਿਆ ਹੈ। ਸਥਾਪਿਤ ਬਿਰਤਾਂਤ ਦੇ ਇਸ ਕਾਜ ਨੂੰ ਦੂਰ ਕਰਨ ਲਈ ਹਥਲੀ ਕਿਤਾਬ ਅੰਦਰ ਗਦਰ ਲਹਿਰ ਦੇ ਉਭਾਰ ਵਿੱਚ ਸਹਾਈ ਹੋਏ ਧਾਰਮਿਕ ਪੱਖ ਨੂੰ ਸੁਚੇਤ ਰੂਪ ਵਿੱਚ ਵਿਸਥਾਰਚ ਬਿਆਨ ਕੀਤਾ ਗਿਆ ਹੈ। ਲੇਖਕ ਸਰਦਾਰ ਜਰਨੈਲ ਸਿੰਘ ਆਰਟਿਸਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਜਿਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵਿਸ਼ੇਸ਼ ਅੰਦਾਜ਼ ਦਰਸਾਉਂਦਾ ਚਿੱਤਰ ਉਲੀਕਣ ਦੀ ਬੇਨਤੀ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਈ। ਇਸ ਦੇ ਨਾਲ ਹੀ ਨੌਜਵਾਨ ਆਰਟਿਸਟ ਪਰਮਿੰਦਰ ਸਿੰਘ ਸਰੀ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 15 ਫਰਵਰੀ 1915 ਦੀ ਸਵੇਰ ਨੂੰ ਭਾਈ ਸਾਹਿਬ ਰਣਜੀਤ ਸਿੰਘ ਦੀ ਨਾਲ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਗਿੱਲ ਤੋਂ ਢੰਡਾਰੀ ਖੁਰਦ ਨੂੰ ਜਾਂਦੇ ਕੱਚੇ ਰਸਤੇ ਉੱਤੇ ਹੋਈ ਥੋੜੀ ਜਿਹੀ ਮੁਲਾਕਾਤ ਦਾ ਕਾਲਪਨਿਕ ਚਿੱਤਰ ਕਿਤਾਬ ਲਈ ਉਹ ਚੇਚਾ ਤਿਆਰ ਕੀਤਾ ਹੈ ਅਜਮੇਰ ਸਿੰਘ ਮੂਲ ਮੁੱਦਾ ਜੀਵਨ ਲੇਖਣੀ ਬਾਰੇ ਨਜ਼ਰੀਆ ਗਦਰ ਪਾਰਟੀ ਲਹਿਰ ਬਾਰੇ ਛਪੇ ਸਾਹਿਤ ਤੋਂ ਇਹ ਸਚਾਈ ਭਲੀ ਭਾਂਤ ਪਰਮਾਨਤ ਹੁੰਦੀ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਲਹਿਰ ਦਾ ਸ਼੍ਰੋਮਣੀ ਨਾਇਕ ਸੀ ਉਹ ਲਹਿਰ ਦੀ ਸ਼ੋਭਾ ਸੀ ਇਸ ਦੀ ਰੂਹੇ ਰਵਾਂ ਸੀ ਉਹ ਲਾਸਾਨੀ ਗੁਣਾ ਦਾ ਮਾਲਕ ਸੀ ਉਹ ਅਨਭਵੀ ਪਰਤਪਾਸ਼ਾਲੀ ਸੀ ਅਦੁੱਤੀ ਕਰਮਯੋਗੀ ਸੀ ਅਜਿਹੇ ਬਹੁਗੁਣੀ ਸੰਗਰਾਮੀਏ ਦੇ ਜੀਵਨ ਕਾਰਨਾਮਿਆਂ ਨੂੰ ਇੱਕ ਰੇਖੀ ਦ੍ਰਿਸ਼ਟੀ ਨਾਲ ਨਹੀਂ ਸਮਝਿਆ ਜਾ ਸਕਦਾ ਉਸ ਦੀ ਸ਼ਖਸੀਅਤ ਦਾ ਸਰਬੰਗੀ ਮਾਪ ਲੈਣ ਬਹੁ ਰੇਖੀ ਦ੍ਰਿਸ਼ਟੀ ਦਰਕਾਰ ਹੈ ਸੰਸਾਰ ਪ੍ਰਸਿੱਧ ਇਤਿਹਾਸ ਸ਼ਾਸਤਰੀ ਇਹ ਐਚ ਕਾਰਨ ਇਤਿਹਾਸਕਾਰਾਂ ਨੂੰ ਇਹ ਜ਼ਰੂਰੀ ਤਾਕੀਦ ਕੀਤੀ ਹੈ ਕਿ ਇਤਿਹਾਸ ਉਹਨਾਂ ਚਿਰ ਨਹੀਂ ਲਿਖਿਆ ਜਾ ਸਕਦਾ ਜਿੰਨਾ ਚਿਰ ਇਤਿਹਾਸਕਰ ਜਿੰਨਾ ਲੋਕਾਂ ਦਾ ਉਹ ਇਤਿਹਾਸ ਲਿਖਣਾ ਚਾਹੁੰਦਾ ਹੈ ਉਹਨਾਂ ਦੇ ਮਨ ਨਾਲ ਨਹੀਂ ਜੁੜ ਪਾਉਂਦਾ ਇਹ ਗੱਲ ਵਿਅਕਤੀ ਵਿਸ਼ੇਸ਼ ਦਾ ਇਤਿਹਾਸ ਲਿਖਣ ਉੱਤੇ ਵੀ ਬਰਾਬਰ ਲਾਗੂ ਹੁੰਦੀ ਹੈ ਇਸ ਕਰਕੇ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਲਿਖਣ ਵਾਸਤੇ ਉਸ ਦੇ ਮਨ ਨਾਲ ਜੁੜਨਾ ਉਸ ਦੀ ਮਾਨਸਿਕਤਾ ਅਰਥਾਤ ਉਸ ਦੇ ਸੰਸਕਾਰਾਂ ਵੱਲਵਰਿਆ ਤੇ ਅੰਤਰ ਪ੍ਰੇਰਣਾਵਾਂ ਨੂੰ ਸਮਝਣਾ ਨਹਾਇਤ ਜ਼ਰੂਰੀ ਹੈ ਇਹ ਸਚਾਈ ਸਰਬ ਪ੍ਰਵਾਨਤ ਹੈ ਹਰੇਕ ਵਿਅਕਤੀ ਆਪਣੇ ਆਪ ਵਿੱਚ ਵਿਲੱਖਣ ਹੁੰਦਾ ਹੈ। ਉਸ ਦੇ ਕੁਝ ਗੁਣ, ਲੱਛਣ ਜਮਾਂਦਰੂ ਹੁੰਦੇ ਹਨ। ਉਸ ਅੰਦਰ ਕੁਝ ਪ੍ਰਵਿਰਤੀਆਂ ਤੇ ਪ੍ਰੇਰਣਾਵਾਂ ਜਨਮजात ਹੁੰਦੀਆਂ ਹਨ। ਇਹਨਾਂ ਦਾ ਭੇਦ ਕੋਈ ਨਹੀਂ ਪਾ ਸਕਿਆ। ਇਹ ਕੁਦਰਤ ਦੀ ਰਚਨਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਸਚਾਈ ਵੀ ਸਰਬ ਪ੍ਰਮਾਣਿਤ ਹੈ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ। ਉਹ ਖੁਦ ਮੁਖਤਿਆਰ ਨਹੀਂ। ਹਰੇਕ ਵਿਅਕਤੀ ਕਿਸੇ ਮਨੁੱਖੀ ਸਮੂਹ ਦਾ ਅੰਗ अथवा ਕਿਸੇ ਵਿਸ਼ੇਸ਼ ਜਾਤੀ ਕਿਸੇ ਵਿਸ਼ੇਸ਼ ਧਾਰਮਿਕ ਪਛਾਈ ਤੇ ਸੱਭਿਆਚਾਰਕ ਭਾਈਚਾਰੇ ਦਾ ਮੈਂਬਰ ਹੁੰਦਾ ਹੈ ਹਰੇਕ ਮਨੁੱਖੀ ਸਮੂਹ ਦੀਆਂ ਕੁਝ ਸਾਂਝੀਆਂ ਮਾਨਤਾਵਾਂ ਹੁੰਦੀਆਂ ਸਾਂਝੀਆਂ ਮਾਨਸਿਕ ਜਾਤਕਾਰਾਂ ਹੁੰਦੀਆਂ ਜੋ ਉਸ ਦੀ ਸਾਂਝੀ ਵਿਰਾਸਤ ਹੁੰਦੀ ਹੈ ਇਹ ਵਿਰਾਸਤ ਉਸ ਨੂੰ ਉਹਨਾਂ ਦੇ ਇਤਿਹਾਸ ਨਾਲ ਜੋੜਦੀ ਹੈ ਵਰਤਮਾਨ ਵਿੱਚ ਜੀਣ ਦਾ ਆਸਰਾ ਦਿੰਦੀ ਹੈ ਅਤੇ ਭਵਿੱਖ ਦੇ ਸੁਪਨੇ ਲੈਣ ਜੋਗ ਬਣਾਉਂਦੀ ਹੈ ਨੋਟ ਡਾਕਟਰ ਸੇਵਕ ਸਿੰਘ ਸਿੱਖ ਸਹਾਦਤ ਦਾ ਮਾਨਸਿਕ ਸੰਕਲਪ 21 ਫਰਵਰੀ 2014 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਵਿੱਚ ਪੜਿਆ ਗਿਆ ਪੇਪਰ ਜੋ ਆਣ ਛਪਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਸਥਾਪਿਤ ਸੱਚ ਇਹ ਹੈ ਕਿ ਇਤਿਹਾਸ ਅੰਦਰ ਕਿਸੇ ਨਾਮਵਰ ਵਿਅਕਤੀ ਦੀ ਮਹੱਤਤਾ ਵਿਅਕਤੀ ਵਜੋਂ ਨਹੀਂ ਵਰਤਾਰੇ ਦੇ ਨੁਮਾਇंदे ਵਜੋਂ ਦੀ ਹੈ ਜੇ ਉਹ ਵਰਤਾਰੇ ਦਾ ਨੁਮਾਇੰਦਾ ਨਹੀਂ ਤਾਂ ਇਤਿਹਾਸ ਅੰਦਰ ਉਸ ਨੂੰ ਕੋਈ ਵਿਸ਼ੇਸ਼ ਸਥਾਨ ਹਾਸਲ ਨਹੀਂ ਹੁੰਦਾ ਇਸ ਕਰਕੇ ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਤਿਹਾਸ ਅੰਦਰ ਜਿੰਨਾ ਰਾਸੀ ਤਾਕਤਾਂ ਦਾ ਪ੍ਰਗਟਾਉ ਜ਼ਾਹੂਰ ਸੀ ਉਹ ਕਿੰਨੀਆਂ ਤਾਕਤਵਰ ਸਨ ਇਸ ਦੇ ਵਾਸਤੇ ਉਹ ਸਮਾਜ ਦੀਆਂ ਤੇ ਉਸ ਇਤਿਹਾਸਕ ਦੌਰ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਨਾ ਜ਼ਰੂਰੀ ਤੇ ਅਹਿਮ ਹੋ ਜਾਂਦਾ ਹੈ ਇਸ ਲੇਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਕਾਰਨਾਮਿਆਂ ਦਾ ਥਾਪਾਉਣ ਲਈ ਉਸ ਦੀ ਸ਼ਖਸੀ ਗੁਣ ਵਿਸ਼ੇਸ਼ਤਾ ਦੇ ਨਾਲੋਂ ਨਾਲ ਸਿੱਖ ਕੌਮ ਦੀ ਗੁਣ ਵਿਸ਼ੇਸ਼ਤਾ ਤੇ ਵਿਲੱਖਣਤਾ ਅਤੇ ਤਤਕਾਲੀ ਦੌਰ ਦੇ ਆਰਾਸੀ ਸਮਾਜੀ ਰੁਝਾਨਾ ਤੇ ਸ਼ਕਤੀਆਂ ਦਾ ਜੁੜਵਾ ਅਧਿਐਨ ਤੇ ਸ਼ਾਨਦীন ਕਰਨੀ ਜ਼ਰੂਰੀ ਹੈ। ਮਨ ਦਾ ਰਹੱਸ ਡਾਕਟਰ ਜਸਵੰਤ ਸਿੰਘ ਨੇਕੀ ਨੇ ਮਨੁੱਖੀ ਮਨ ਦੇ ਰਹੱਸ ਨੂੰ ਸਮਝਣ ਲਈ ਕੁਝ ਅੰਤਰ ਦ੍ਰਿਸ਼ਟੀਆਂ ਦਿੱਤੀਆਂ ਹਨ। ਇਸ ਪਰ ਥਾਏ ਉਹਨਾਂ ਦੀ ਕੁੱਲ ਤੋਂ ਪਹਿਲੀ ਤੇ ਜ਼ਰੂਰੀ ਨਸੀਹਤ ਇਹ ਹੈ ਕਿ ਤਰਕ ਮਨੁੱਖੀ ਮਨ ਦੇ ਰਹੱਸ ਦੀ ਕੁੰਜੀ ਨਹੀਂ ਅਤੇ ਸਾਡਾ ਵਿਹਾਰ ਹਮੇਸ਼ਾ ਤਰਕ ਦੇ ਆਖੇ ਵਿੱਚ ਨਹੀਂ ਰਹਿੰਦਾ ਡਾਕਟਰ ਨੇਕੀ ਨੇ ਮਨ ਦਾ ਰਹੱਸ ਉਜਾਗਰ ਕਰਦਿਆਂ ਦਰਸਾਇਆ ਹੈ ਕਿ ਸਾਡਾ ਮਨ ਕੇਵਲ ਉਤਨਾ ਕੁਝ ਹੀ ਨਹੀਂ ਜਿੰਨਾ ਸਾਨੂੰ ਆਪਣੇ ਅੰਦਰ ਝਾਤੀ ਮਾਰਦਿਆਂ ਦਿੱਸਦਾ ਹੈ ਸਾਡੀ ਚੇਤਨਾ ਵਿੱਚ ਵਸਦੇ ਵਿਚਾਰਾਂ ਅਨੁਭਵਾਂ ਭਾਵਨਾਵਾਂ ਸਿਮਰਤੀਆਂ ਇਰਾਦਿਆਂ ਪ੍ਰੇਰਨਾਵਾਂ ਤੇ ਰੁਚੀਆਂ ਤੋਂ ਪਰੇ ਵੀ ਬੜਾ ਕੁਝ ਬਾਕੀ ਬਚਦਾ ਹੈ ਚੇਤਨਾ ਤੋਂ ਪਰੇ ਵੀ ਮਨ ਦੀ ਇੱਕ ਹੋਰ ਵਿਸ਼ਾਲ ਸਰਜ਼ਮੀਨ ਹੈ ਜਿੱਥੋਂ ਸੁਪਨੇ ਜਨਮ ਲੈਂਦੇ ਹਨ ਤੇ ਜਿੱਥੇ ਹਾਰੀਆਂ ਟੁੱਟੀਆਂ ਇਛਾਵਾਂ ਜਾ ਕੇ ਸੌਂ ਜਾਂਦੀਆਂ ਹਨ ਮਨ ਦਾ ਇਹ ਹਨੇਰਾ ਜਗਤ ਅਚੇਤਨ ਹੈ ਮਨੋਵਿਗਿਆਨ ਦੇ ਮੋਢੀ ਡਾਕਟਰ ਸਿੰਗਮੰਡ ਫਰਾਇਟ ਨੇ ਮਨ ਬਾਰੇ ਬਣੀਆਂ ਪੁਰਾਣੀਆਂ ਮਨਉਤਾਂ ਦੀਆਂ ਸੀਮਤਾਈਆਂ ਉਜਾਗਰ ਕਰਦਿਆਂ ਮਨੋਵਿਗਿਆਨੀਆਂ ਨੂੰ ਖਬਰਦਾਰ ਕੀਤਾ ਸੀ ਕਿ ਜਦੋਂ ਤੀਕਰ ਅਸੀਂ ਮਨ ਨੂੰ ਕੇਵਲ ਚੇਤਨ ਹੀ ਸਮਝਦੇ ਰਹਾਂਗੇ ਸਾਨੂੰ ਮਾਨਸਿਕ ਵਿਹਾਰ ਦੀ ਸਹੀ ਤੇ ਮੁਕੰਮਲ ਸੋਝੀ ਨਹੀਂ ਹੋ ਸਕਦੀ ਡਾਕਟਰ ਨੀਤੀ ਨੇ ਸਾਡੇ ਮੰਗੀਆਂ ਦੋ ਅਵਸਥਾਵਾਂ ਚੇਤਨ ਤੇ ਅਚੇਤਨ ਚੋਂ ਅਚੇਤਨ ਦੀ ਮਹੱਤਤਾ ਇਨ੍ਹਾਂ ਲਫ਼ਜ਼ਾਂ ਵਿੱਚ ਦਰਸਾਈ ਹੈ ਦਰ ਅਸਲ ਅਚੇਤਨ ਹੀ ਮਾਨਸਿਕ ਜੀਵਨ ਦਾ ਮੂਲਾ ਧਾਰ ਹੈ ਚੇਤਨ ਤਾਂ ਸਾਡੇ ਮਨ ਦਾ ਇੱਕ ਅਤਨਿਕਾ ਭਾਗ ਮਨ ਦਾ ਵੱਡਾ ਭਾਗ ਤਾਂ ਅਚੇਤਨ ਹੈ ਜਿਵੇਂ ਪਾਣੀ ਵਿੱਚ ਪਏ ਬਰਫ਼ ਦੇ ਡਲੇ ਦਾ ਕੇਵਲ ਦਸਵਾਂ ਹਿੱਸਾ ਹੀ ਸਾਨੂੰ ਪਾਣੀ ਤੋਂ ਬਾਹਰ ਦਿਖਦਾ ਹੈ ਓਵੇਂ ਹੀ ਮਨ ਦਾ ਦਸਵਾਂ ਹਿੱਸਾ ਜਾਂ ਇਸ ਤੋਂ ਵੀ ਘੱਟ ਚੇਤਨ ਹੁੰਦਾ ਹੈ ਇਸ ਦੀ ਬਾਕੀ ਰਹਿੰਦੀ 9 ਹਿੱਸੇ ਸਮਗਰੀ ਅਚੇਤਨ ਹੀ ਹੁੰਦੀ ਹੈ ਡਾਕਟਰ ਨੇਕੀ ਦੇ ਵਿਚਾਰ ਵਿੱਚ ਅਚੇਤਨ ਸਾਡੇ ਮਨ ਦਾ ਇੱਕ ਸ਼ਕਤੀਸ਼ਾਲੀ ਕਿਰਿਆਸ਼ੀਲ ਤੇ ਮਹੱਤਵਪੂਰਨ ਭਾਗ ਹੈ ਅਚੇਤਨ ਹੀ ਸਮੁੱਚੀ ਮਾਨਸਿਕ ਸ਼ਕਤੀ ਦਾ ਮੂਲ ਸੋਮਾ ਹੈ ਬੜੀ ਵਾਰ ਅਚੇਤਨ ਰੁਝਾਨ ਹੀ ਸਾਡੇ ਵਿਹਾਰ ਦਾ ਮੂਲ ਸਰੋਤ ਬਣਦੇ ਹਨ ਇਹ ਸਾਰਾ ਕੁਝ ਕਰਦੇ ਹੋਏ ਵੀ ਅਸੀਂ ਇਹਨਾਂ ਵੱਲੋਂ ਅਚੇਤ ਰਹ ਸਕਦੇ ਹਾਂ ਉਹਨਾਂ ਨੇ ਹੋਰ ਸਪਸ਼ਟ ਕਰਦਿਆਂ ਕਿਹਾ ਅਚੇਤਨ ਨੂੰ ਕਿਸੇ ਨੇ ਨਹੀਂ ਵੇਖਿਆ ਓਵੇਂ ਜਿਵੇਂ ਪਰਮਾਣੂ ਨੂੰ ਕਿਸੇ ਨੇ ਨਹੀਂ ਵੇਖਿਆ ਪਰ ਅਚੇਤਨ ਦੀ ਹੋਂਦ ਵੀ ਉਤਨੀ ਹੀ ਸਾਰਥਕ ਜਾਪਦੀ ਹੈ ਜਿੰਨੀ ਪਰਮਾਣੂ ਦੀ ਤੇ ਸ਼ਾਇਦ ਇਸ ਦੀ ਸ਼ਕਤੀ ਵੀ ਪਰਮਾਣੂ ਦੇ ਮੁਕਾਬਲੇ ਦੀ ਹੋਵੇ ਖੇਤਰ ਭਾਵੇਂ ਦੋਹਾਂ ਦੇ ਵੱਖੋ ਵੱਖਰੇ ਹਨ ਡਾਕਟਰ ਨੇਕੀ ਨੇ ਮਨੋਗਿਆਨ ਦੀਆਂ ਦੋ ਮੋਢੀ ਹਸਤੀਆਂ ਡਾਕਟਰ ਫਰਾਇਡ ਤੇ ਡਾਕਟਰ ਜੰਗ ਦੇ ਹਵਾਲੇ ਨਾਲ ਅਚੇਤਨ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਕਿਹਾ ਅਚੇਤਨ ਦੇ ਫਰਾਇਡੀ ਸਿਧਾਂਤ ਦਾ ਅੱਗੇ ਵਿਕਾਸ ਡਾਕਟਰ ਕਾਰਲ ਗੁਫਾਸਜੰਗ 1875 ਤੋਂ 1961 ਨੇ ਕੀਤਾ ਡਾਕਟਰ ਜੋング ਵੀ ਫਰਾਇਡ ਬਾਂਕ ਮਨ ਦੇ ਦੋ ਪੱਧਰ ਚੇਤਨ ਤੇ ਅਚੇਤਨ ਹੀ ਮੰਨਦਾ ਹੈ ਪਰ ਉਸ ਦੇ ਸੰਕਲਪੇ ਅਚੇਤਨ ਦੀ ਰੂਪਰੇਖਾ ਫਰਾਇਡ ਦੀ ਮਿੱਥੀ ਰੂਪਰੇਖਾ ਤੋਂ ਅਡਰੀ ਹੈ ਫਰਾਇਡ ਅਨੁਸਾਰ ਅਚੇਤਨ ਦੀ ਸਾਰੀ ਸਮਗਰੀ ਵਿਅਕਤੀਗਤ ਜੀਵਨ ਵਿੱਚੋਂ ਆਉਂਦੀ ਹੈ ਇਹ ਮੂਲ ਪ੍ਰਵਿਰਤੀਆਂ ਤੇ ਦੰਪਤ ਮਨੋਕਰਿਆਵਾਂ ਦਾ ਜੋਟ ਹੈ ਜੋング ਦਾ ਵਿਚਾਰ ਇਸ ਤੋਂ ਵੱਖਰਾ ਹੈ ਉਸ ਅਨਸਾਰ ਅਚੇਤਨ ਕੇਵਲ ਵਿਅਕਤੀਗਤ ਹੀ ਨਹੀਂ ਜਾਤੀ ਜਾਂ ਸਮੂਹਿਕ ਵੀ ਹੁੰਦਾ ਹੈ ਸਮੂਹਕ ਅਚੇਤਨ ਵਿੱਚ ਮਨੁੱਖੀ ਪਰੰਪਰਾ ਦੇ ਸਾਰੇ ਸੰਸਕਾਰ ਲੋਕੇ ਪਏ ਹੁੰਦੇ ਹਨ ਝੋਂਗ ਦੇ ਆਪਣੇ ਸ਼ਬਦਾਂ ਵਿੱਚ ਉਸ ਸਾਰੀ ਮਾਨਸਿਕ ਸਮਗਰੀ ਨੂੰ ਮੈਂ ਸਮੂਹਕ ਕਹਿੰਦਾ ਹਾਂ ਜੋ ਕਿਸੇ ਇੱਕ ਇਕੱਲੇ ਵਿਅਕਤੀ ਨਾਲ ਸੰਬੰਧਿਤ ਨਹੀਂ ਹੁੰਦੀ ਸਗੋਂ ਜਿਸ ਦਾ ਸੰਬੰਧ ਇੱਕੋ ਵੇਲੇ ਅਨੇਕਾਂ ਵਿਅਕਤੀਆਂ अथवा ਪੂਰੇ ਸਮਾਜ ਜਾਂ ਕੌਮ ਜਾਂ ਸਮੁੱਚੀ ਮਾਨਵਤਾ ਨਾਲ ਹੁੰਦਾ ਹੈ ਇਹ ਸਮਗਰੀ ਰਹਸਤਮਕ ਸਮੂਹਕ ਵਿਚਾਰਾਂ ਦੀ ਸਮਗਰੀ ਹੈ ਜਿੰਨੀ ਅਚੇਤਨ ਵਿੱਚ ਵਿਅਕਤੀਗਤ ਹੋਣ ਦੀਆਂ ਵਿਸਰੀਆਂ ਦਮਤ ਹੋਈਆਂ ਨੀਮ ਪ੍ਰਤੱਖ ਸਿਮਰਤੀਆਂ ਭਾਵਨਾਵਾਂ ਤੇ ਵਿਚਾਰ ਪਏ ਹੁੰਦੇ ਹਨ ਪਰ ਇਸ ਨਿੱਜੀ ਸਮਗਰੀ ਤੋਂ ਇਲਾਵਾ ਉਥੇ ਸਮੂਹਕ ਸਮਗਰੀ ਵੀ ਹੁੰਦੀ ਹੈ ਜੋ ਸਾਨੂੰ ਵਿਰਸੇ ਵਿੱਚ ਮਿਲਦੀ ਹੈ ਤੇ ਇੱਕ ਸਾਂਝੀ ਮਾਨਸਿਕਤਾ ਦਾ ਆਧਾਰ ਬਣਦੀ ਹੈ ਡਾਕਟਰ ਨੇਕੀ ਨੇ ਵਿਅਕਤੀਗਤ ਤੋਂ ਇਲਾਵਾ ਜਨ ਸਮੂਹ ਦੀ ਮਾਨਸਿਕਤਾ ਨੂੰ ਸਮਝਣ ਦੀ ਕੁੰਜੀ ਦੀ ਦਾਸ ਵੀ ਪਾਈ ਉਹਨਾਂ ਸਪਸ਼ਟ ਕੀਤਾ ਕਿ ਕਿਸੇ ਜਨ ਸਮੂਹ ਵਿੱਚ ਮਾਨਸਿਕ ਪੱਧਰ ਦੇ ਦੋ ਪੱਧਰ ਹੁੰਦੇ ਹਨ ਸਮੂਹਕ ਚੇਤਨ ਤੇ ਸਮੂਹਕ ਅਚੇਤਨ ਸਮੂਹਕ ਚੇਤਨ ਉਸ ਦੀ ਸੱਭਿਆਚਾਰਕ ਨਿਮਾਵਲੀ ਹੁੰਦੀ ਹੈ ਸਮੂਹਕ ਅਚੇਤਨ ਉਸ ਦੇ ਜੀਵਨ ਦੀ ਉਹ ਉਪਭੂਮੀ ਜਿਸ ਵਿੱਚੋਂ ਉਠਦੀਆਂ ਵਿਕਾਸ ਤੇ ਕ੍ਰਾਂਤੀਆਂ ਵਰਕਣਾ ਉਸ ਨੂੰ ਸਥਾਲੋਂ ਤੋਂ ਬਚਾਉਂਦੀਆਂ ਹਨ ਸਮੂਹਕ ਅਚੇਤਨ ਅੰਦਰ ਸਾਡੀਆਂ ਪਰੰਪਰਾਗਤ ਪਰਵਿਰਤੀਆਂ ਤੇ ਜਨਮ ਜਾਤ ਪ੍ਰੇਰਣਾਵਾਂ ਹਰ ਹੈਸ਼ ਰੱਖਦੀਆਂ ਹਨ ਡਾਕਟਰ ਨੀਤੀ ਅਨੁਸਾਰ ਜਿਕਰ ਸਾਡੇ ਗਿਆਨ ਦਾ ਗਿਆਨ ਇੰਦਰਾ ਜਿਹਾ ਹੈ ਜਿਸ ਦੁਆਰਾ ਅਸੀਂ ਉਹਨਾਂ ਉਹ ਤੇਜ ਨਾਵਾਂ ਤੋਂ ਜਾਣੂ ਹੁੰਦੇ ਹਾਂ ਜੋ ਬਾਹਰਲੇ ਸੰਸਾਰ ਤੋਂ ਸਾਨੂੰ ਆ ਕੇ ਪਹੁੰਦੀਆਂ ਹਨ ਜਾਂ ਉਹਨਾਂ ਇਰਾਦਿਆਂ ਤੇ ਯਾਦਾਂ ਵੱਲੋਂ ਸੋਜੀਵਾਨ ਹੁੰਦੇ ਹਨ ਜੋ ਸਾਡੇ ਮਸਤਕ ਵਿੱਚ ਜਾਗਦੀਆਂ ਹਨ ਉਹ ਚੇਤਨ ਉਹਨਾਂ ਵਿਚਾਰਾਂ ਭਾਵਨਾਵਾਂ ਸੰਵੇਦਨਾਵਾਂ ਤੇ ਸਿਮਰਤੀਆਂ ਦਾ ਸਮੂਚ ਹੈ ਜਿਨ੍ਹਾਂ ਬਾਰੇ ਸਾਨੂੰ ਸੋਝੀ ਹੁੰਦੀ ਹੈ ਤਤਕਾਲੀ ਵਿਚਾਰ ਤੇ ਭੂਤਕਾਲੀ ਸਿਮਰਤੀਆਂ ਇਸੇ ਵਿੱਚ ਵਿਚਰਦੀਆਂ ਹਨ ਅਚੇਤਨ ਵਿੱਚ ਸਾਡੀਆਂ ਮੂਲ ਪਰਵਿਰਤੀਆਂ ਅਤੇ ਦਮਤ ਇਛਾਵਾਂ ਤੇ ਜਾਂਦਾਂ ਵਿਚਰਦੀਆਂ ਹਨ ਡਾਕਟਰ ਨੇਕੀ ਨੇ ਫਰਾਇਡ ਦੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਮਨੁੱਖੀ ਸ਼ਖਸੀਅਤ ਦੇ ਇੱਕ ਅਤ ਐਹਮ ਭਾਗ ਜਿਸ ਨੂੰ ਉਸ ਨੇ ਪਰਾਹ ਹੋਂ ਕਿਹਾ ਹੈ ਦੀ ਭਰਪੂਰ ਵਿਆਖਿਆ ਕੀਤੀ ਹੈ ਜਿਸ ਮੁਤਾਬਕ ਪਰਾਹ ਸਾਡੇ ਮਨ ਦਾ ਨੈਤਿਕ ਜਾਂ ਸਦਾਚਾਰਕ ਅੰਗ ਹੈ ਇਹ ਭਲੇ ਤੇ ਬੁਰੇ ਦੀ ਤਾਮੀਜ਼ ਪਛਾਣਦਾ ਹੈ ਮਾਪਿਆਂ ਵੱਲੋਂ ਮਿਲਦੀ ਸਿੱਖਿਆ ਦੇ ਪ੍ਰਭਾਵ ਹੇਠ ਇਹ ਹੋਂ ਵਿੱਚੋਂ ਨਿਕੜਨਾ ਸ਼ੁਰੂ ਕਰਦਾ ਹੈ ਹੌਲੀ-ਹੌਲੀ ਮਾਪਿਆਂ ਵੱਲੋਂ ਮਿਲੀ ਸਦਾਚਾਰਕ ਨਿਮਾਵਲੀ ਬੱਚੇ ਦੇ ਆਪਣੇ ਅੰਦਰੋਂ ਬੋਲਣ ਲੱਗਦੀ ਹੈ ਇਓ ਬੱਚੇ ਦੀ ਆਪਣੀ ਨਿਮਾਵਲੀ ਸਥਾਪਿਤ ਹੋਣ ਲੱਗਦੀ ਹੈ ਮਨੁੱਖ ਦਾ ਬੱਚਾ ਇਤਨੇ ਲੰਬੇ ਸਮੇਂ ਲਈ ਮਾਪਿਆਂ ਉੱਪਰ ਨਿਰਭਰ ਹੋਇਆ ਰਹਿੰਦਾ ਹੈ ਕਿ ਪ੍ਰਾਹੋਂ ਦੀ ਸੰਰਚਨਾ ਆਵਸ਼ਕ ਹੋ ਜਾਂਦੀ ਹੈ ਇਸ ਵਿਧੀ ਨਾਲ ਹੋਂਦ ਵਿੱਚ ਆਈ ਤੇ ਵਿਕਸੀ ਪ੍ਰਾਹੋਂ ਮਾਨਵੀ ਆਦਰਸ਼ਾਂ ਸਦਾਚਾਰਕ ਕੀਮਤਾਂ ਰਹਿਤ ਮਰਜ਼ਾ ਦਾ ਉਚੇਰੇ ਮਨੁਭਾਵਾਂ ਤੇ ਆਤਮਪੜਚੋਲ ਦਾ ਸੋਮਾ ਬਣਦੀ ਹੈ ਇਸ ਦੀ ਕਿਰਿਆ ਵਧੇਰੇ ਕਰਕੇ ਅਚੇਤਨ ਹੁੰਦੀ ਹੈ ਪਰ ਜਦ ਸਾਨੂੰ ਇਸ ਦਾ ਚੇਤਨ ਆਭਾਸ ਹੁੰਦਾ ਹੈ ਉਸ ਅਵਸਥਾ ਨੂੰ ਜ਼ਮੀਰ ਕਿਹਾ ਜਾਂਦਾ ਹੈ ਪਰਾਹੋਂ ਮਨੁੱਖੀ ਸ਼ਖਸੀਅਤ ਵਿੱਚ ਉਹਨਾਂ ਪਿਤਾ ਪੁਰਖੀ ਕਦਰਾਂ ਸਮਾਜਿਕ ਆਦਰਸ਼ਾਂ ਤੇ ਸੱਭਿਆਚਾਰਕ ਕੀਮਤਾਂ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਮਾਪਿਆਂ ਵੱਲੋਂ ਬੱਚਿਆਂ ਨੂੰ ਵਿਰਸੇ ਵਿੱਚ ਮਿਲਦੀਆਂ ਇਸ ਨਾਤੇ ਬੱਚੇ ਦੀ ਪਰਾਹੋਂ ਮਾਪਿਆਂ ਵੱਲੋਂ ਦਰਸਾਏ ਗੇ ਆਦਰਸ਼ਾਂ ਅਨੁਸਾਰ ਢਲਦੀ ਹੈ ਮਾਪਿਆਂ ਤੋਂ ਛੁੱਟ ਹੋਰ ਵਿਅਕਤੀਆਂ ਤੇ ਸਮਾਜਿਕ ਸੰਸਥਾਵਾਂ ਦਾ ਵੀ ਪਰਾਹੁਣ ਦੇ ਵਿਕਾਸ ਵਿੱਚ ਹੱਥ ਹੁੰਦਾ ਹੈ ਅਧਿਆਪਕ ਉਪਦੇਸ਼ਕ ਗੁਰੂ ਮੁਨਸਿਬ ਕੋਤਵਾਲ ਤੇ ਹਰ ਉਹ ਵਿਅਕਤੀ ਜੋ ਬੱਚੇ ਉੱਪਰ ਅਧਿਕਾਰ ਰੱਖਦਾ ਹੈ ਉਸ ਦੀ ਪਰਾਹੁਣ ਨੂੰ ਘੜਨ ਵਿੱਚ ਹਿੱਸਾ ਪਾਉਂਦਾ ਹੈ ਪਰ ਮੁੱਢ ਸਦਾ ਮਾਪੇ ਹੀ ਬੰਦਦੇ ਹਨ ਉਪਰੋਕਤ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਹਰੇਕ ਮਨੁੱਖੀ ਸਮੂਹ अथवा ਹਰੇਕ ਜਾਤੀ ਜਾਂ ਧਾਰਮਿਕ ਤੇ ਸੱਭਿਆਚਾਰਕ ਭਾਈਚਾਰੇ ਦੀ ਸਾਂਝੀ ਮਾਨਸਿਕਤਾ ਹੁੰਦੀ ਹੈ ਅਤੇ ਇਸ ਸਾਂਝੀ ਮਾਨਸਿਕਤਾ ਦੀ ਪਛਾਣ ਕੀਤੇ ਬਿਨਾਂ ਇਸ ਸਮੂਹ ਦੇ ਕਿਸੇ ਮੈਂਬਰ ਵਿਅਕਤੀ ਦੀ ਮਾਨਸਿਕਤਾ ਨੂੰ ਉਸ ਦੀ ਸ਼ਖਸੀ ਵਿਸ਼ੇਸ਼ਤਾ ਵਿਲੱਖਣਤਾ ਨੂੰ ਸਮਝ ਸਕਣਾ ਅਤੇ ਇਤਿਹਾਸ ਅੰਦਰ ਉਸ ਦੇ ਰੋਲ ਦਾ ਹਕੀਕੀ ਮੁਲਾਂਕਣ ਕਰ ਸਕਣਾ ਸੰਭਵ ਨਹੀਂ ਹੈ ਹਰਿੰਦਰ ਸਿੰਘ ਮਹਿਬੂਬ ਨੇ ਇਤਿਹਾਸ ਲੇਖਣੀ ਵਿੱਚ ਮਨੋਵਿਗਿਆਨਕ ਪੱਖ ਦੀ ਮਹੱਤਤਾ ਇਸ ਤਰ੍ਹਾਂ ਦਰਸਾਈ ਮਨੁੱਖੀ ਮਨ ਦੇ ਕਾਇਦੇ ਕਾਨੂੰਨ ਅਤੇ ਕੁਦਰਤੀ ਚਾਲ ਜਾਣੇ ਬਿਨਾ ਇਤਿਹਾਸਕਾਰ ਬਾਹਰਲੇ ਸਬੂਤਾਂ ਦੇ ਠੀਕ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਮਨੋਜਗਤ ਦੇ ਸ਼ੁੱਧ ਦਰਸ਼ਨ ਬਿਨਾ ਕਿਸੇ ਵਿਅਕਤੀ ਦਾ ਇਤਿਹਾਸਕ ਅਮਲ ਸਹੀ ਚਾਨਣ ਵਿੱਚ ਦਿਸਣਾ ਅਸੰਭਵ ਹੈ ਸੋ ਮਨੋਜਗਤ ਦੀ ਸੂਝ ਵੀ ਇਤਿਹਾਸਕਾਰ ਲਈ ਇੱਕ ਤੱਤ ਬਲਕਿ ਇੱਕ ਸੂਖਮ ਤੱਤ ਹੀ ਹੋਣਾ ਚਾਹੀਦਾ ਹੈ ਇਹ ਐਚ ਕਾਰਨ ਵੀ ਇੱਕ ਜਗ੍ਹਾ ਇਤਿਹਾਸ ਨੂੰ ਸਮਝਣ ਲਈ ਅਚੇਤਨ ਮਨ ਦੀ ਮਹੱਤਤਾ ਦਰਸਾਉਂਦਿਆਂ ਲਿਖਿਆ ਹੈ ਕਿ ਇਤਿਹਾਸ ਕਰਨੇ ਸਿਰਫ ਇਹ ਨਹੀਂ ਦੇਖਣਾ ਹੁੰਦਾ ਕਿ ਉਸਦੇ ਪਾਤਰ ਆਪਣੇ ਉਦੇਸ਼ ਬਾਰੇ ਕਿੰਨੇ ਕੋ ਚੇਤਨਨ ਸਨ ਉਸ ਨੇ ਉਹਨਾਂ ਦੇ ਅਵਚੇਤਨ ਅੰਦਰ ਵੀ ਝਾਤੀ ਮਾਰਨੀ ਹੁੰਦੀ ਕਿਉਂਕਿ ਉਹਨਾਂ ਦੇ ਅਮਲ ਸਿਰਫ ਚੇਤਨ ਮਨ ਚੋਂ ਨਹੀਂ ਨਿਕਲਦੇ ਹੁੰਦੇ ਅਵਚੇਤਨ ਦਾ ਰੋਲ ਵੀ ਬਹੁਤ ਅਹਿਮ ਹੁੰਦਾ ਹੈ ਉਹਨਾਂ ਦੇ ਅਵਚੇਤਨ ਨੂੰ ਸਮਝਣਾ ਵੀ ਜ਼ਰੂਰੀ ਹੈ ਸਾਰਾ ਕੁਝ ਚੇਤਨ ਪੱਧਰ ਤੇ ਨਹੀਂ ਵਾਪਰਦਾ ਬਹੁਤ ਕੁਝ ਅਵਚੇਤਨ ਪੱਧਰ ਤੇ ਵੀ ਵਾਪਰਦਾ ਹੈ ਇਤਿਹਾਸ ਅੰਦਰ ਵਾਪਰੇ ਕਿਸੇ ਕਰਮ ਵਿੱਚ ਵਿਅਕਤੀਗਤ ਪਾਤਰ ਦੇ ਚੇਤਨ ਵਿਚਾਰ ਜਾਂ ਇਰਾਦੇ ਗੈਰ ਪ੍ਰਸੰਗਿਕ ਹੋ ਸਕਦੇ ਹਨ ਪੱਛਮ ਦੀ ਗਿਆਨਵਾਦੀ ਲਹਿਰ ਦੇ ਪ੍ਰਭਾਵ ਹੇਠ ਤਰਕਸ਼ੀਲਤਾ ਦੀ ਪੂਜਾ ਕਰਨ ਦੀ ਸਿਧਾਂਤਕ ਕੁਰੂਚੀ ਜ਼ੋਰਾਵਾਰ ਹੋਈ ਨਤੀਜੇ ਵਜੋਂ ਇਤਿਹਾਸ ਲਿਖਣ ਵੇਲੇ ਮਾਨਸਿਕਤਾ ਦੀ ਤੁਲਨਾ ਵਿੱਚ ਵਿਚਾਰਧਾਰਾ ਨੂੰ ਨਿਰਨਾਇਕ ਮੰਨ ਲੈਣ ਦੀ ਰੀਤ ਸਥਾਪਿਤ ਹੋ ਗਈ ਇਹ ਕਿਹਾ ਤੇ ਸਮਝਿਆ ਜਾਣ ਲੱਗ ਪਿਆ ਕਿ ਸਾਰਾ ਇਤਿਹਾਸ ਅਸਲ ਵਿੱਚ ਵਿਚਾਰਧਾਰਾ ਦਾ ਇਤਿਹਾਸ ਹੀ ਹੁੰਦਾ ਹੈ ਪਰ ਬੁੱਧ ਕਾਲਮਨ ਵੀਸ ਸ਼ਾਮ ਲਾਲ ਨੇ ਮਾਈਕਲ ਵੋਵੈਲ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਚਰਚਿਤ ਕਿਤਾਬ ਮੈਂਟੈਲਿਟੀਆਂ ਐਂਡ ਆਇਡਿਓਲੋਜੀਜ਼ ਦਾ ਰਿਵਿਊ ਕਰਦੇ ਹੋਏ ਤਾਜ਼ਾ ਦੌਰ ਅੰਦਰ ਇਤਿਹਾਸ ਲੇਖਣੀ ਵਿੱਚ ਵਿਚਾਰਧਾਰਾ ਨਾਲੋਂ ਮਾਨਸਿਕਤਾ ਉੱਤੇ ਜ਼ੋਰ ਦੇਣ ਦੇ ਰੁਝਾਨ ਦੀ ਪੁਸ਼ਟੀ ਅਤੇ ਨਾਲ ਹੀ ਪ੍ਰੋੜਤਾ ਕੀਤੀ ਹੈ ਉਸਨੇ ਲਿਖਿਆ ਹੈ ਕਿ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ, ਵਹਿਮ-ਭਰਮਾਂ ਅਤੇ ਜ਼ਿੰਦਗੀ ਦੇ ਮੌਤ ਪ੍ਰਤੀ ਵਰਤੀ ਰਹਿਆਂ ਨੂੰ ਡੂੰਘਾਈ ਵਿੱਚ ਜਾ ਕੇ ਸਮਝਣ, ਭਾਵ ਜ਼ਿੰਦਗੀ ਦੇ ਡੂੰਘੇ ਵਾਗਰੇ ਵਹਿਣਾ ਦੀ ਟੋਲ ਆਉਣ ਲਈ ਅਤੇ ਇਹ ਜਾਣਨ ਲਈ ਕਿ ਦੁੱਖ ਅੰਦਰ ਮਨੁੱਖ ਨੂੰ ਕਿਹੜੀਆਂ ਗੱਲਾਂ ਤਰਵਾਸ ਦਿੰਦੀਆਂ ਹਨ ਅਤੇ ਰਵੈਤਾਂ ਦੇ ਪੂਰਨ ਤੌਰ ਤੇ ਭੰਗ ਹੋ ਜਾਣ ਅਤੇ ਅਤੀਤ ਨਾਲੋਂ ਵਿਜੋਗੇ ਜਾਣ ਨਾਲ ਮਨੁੱਖ ਦੇ ਮਨ ਅੰਦਰ ਜਿਹੜਾ ਲੈਲ ਪੈਦਾ ਹੁੰਦਾ ਹੈ ਉਸ ਤੋਂ ਕਿਹੜੀਆਂ ਗੱਲਾਂ ਮੁਕਤੀ ਦਿਵਾਉਂਦੀਆਂ ਹਨ ਇਹਨਾਂ ਬਾਰੇ ਠੀਕ ਅਨੁਮਾਨ ਲਾਉਣ ਵਾਸਤੇ ਵਿਚਾਰ ਧਾਰਾ ਨਾਲੋਂ ਮਾਨਸਿਕਤਾ ਨੂੰ ਸਮਝਣਾ ਜ਼ਰੂਰੀ ਹੈ ਪਰੰਤੂ ਪੱਛਮ ਦੀ ਗਿਆਨਵਾਦੀ ਲਹਿਰ ਦੇ ਪ੍ਰਭਾਵ ਹੇਠ ਇਤਿਹਾਸ ਬਾਰੇ ਨੁਕਸਦਾਰ ਨਜ਼ਰੀਆ ਵਿਕਸਿਤ ਹੋ ਗਿਆ ਹੈ ਜਿਸ ਨੇ ਇਤਿਹਾਸਕਾਰੀ ਉੱਤੇ ਨਾ ਮੁਕੀ ਅਸਰ ਪਾਇਆ ਇਸ ਦਾ ਪਰਛਾਵਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਗਈਆਂ ਜ਼ਿਆਦਾਤਰ ਲਿਖਤਾਂ ਜੀਵਨੀਆਂ ਉੱਤੇ ਵੀ ਪਿਆ ਹੈ। ਲਗਭਗ ਸਾਰੇ ਹੀ ਜੀਵਨੀਕਾਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਨ ਦੇ ਕੇਵਲ ਚੇਤਨ ਹਿੱਸੇ ਉਸਦੇ ਰਾਸੀ ਵਿਚਾਰਾਂ, ਆਦਰਸ਼ਾਂ ਅਤੇ ਅਮਲੀ ਯੋਗਤਾਵਾਂ ਉੱਤੇ ਹੀ ਧਿਆਨ ਕੇਂਦਰਿਤ ਕੀਤਾ ਹੈ। ਉਹਨਾਂ ਨੇ ਉਸਦੇ ਮਨ ਦੇ ਸੂਖਮ ਹਿੱਸੇ, ਮਨ ਦੀ ਉਹ ਵਿਸ਼ਾਲ ਸਰਜ਼ਮੀਨ ਜਿੱਥੋਂ ਸੁਪਨੇ ਜਨਮ ਲੈਂਦੇ ਹਨ, ਭਾਵ ਉਸਦੇ ਮਨ ਦੇ ਅਚੇਤਨ ਭਾਵ, ਉਸਦੇ ਸੰਸਕਾਰਾਂ ਪਰੰਪਰਾਗਤ ਪਰਵਿਰਤੀਆਂ ਤੇ ਜਨਮ ਜਾਤ ਪ੍ਰੇਰਣਾਵਾਂ ਨੂੰ ਸਮਝਣ ਵਿੱਚ ਕੋਈ ਰੋਚੀ ਨਹੀਂ ਪ੍ਰਗਟਾਈ। ਇਸ ਮਹੱਤਵਪੂਰਨ ਪੱਖ ਨੂੰ ਪੂਰਨ ਤੌਰ ਤੇ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਸ ਨੂੰ ਇੱਕ ਖੁਦਮੁਖਤਾਰ ਇਕਾਈ ਵਜੋਂ ਹੀ ਸਮਝਿਆ ਤੇ ਪੇਸ਼ ਕੀਤਾ ਗਿਆ। ਉਸ ਦੇ ਸਿੱਖ ਦੇ ਬੱਚੇ ਵਜੋਂ ਦੇਖਣ ਤੇ ਸਮਝਣ ਤੋਂ ਅੜਿਆ ਢਾਂਗ ਨਾਲ ਇਨਕਾਰ ਕੀਤਾ ਗਿਆ ਹੈ। ਇਹ ਸਭ ਕੁਝ ਸਿਧਾਂਤਕ ਨਜ਼ਰੀਏ ਦੇ ਭੰਗ ਕਰਕੇ ਹੋਇਆ। ਇਸ ਦੇ ਨਤੀਜੇ ਬਹੁਤ ਭੜੇ ਤੇ ਦੁਖਦਾਈ ਨਿਕਲੇ ਹਨ ਅਗਲੇ ਭਾਗ ਵਿੱਚ ਇਸ ਬਾਰੇ ਸੰਖੇਪ ਵਿੱਚ ਸਿਧਾਂਤਕ ਚਰਚਾ ਕਰਦੇ ਹਾਂ ਕਿਤਾਬ ਤੂਫਾਨਾਂ ਦਾ ਸ਼ਾ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਭਾ ਲੇਖਕ ਸਰਦਾਰ ਅਜਮੇਰ ਸਿੰਘ ਭਾਗ ਪਹਿਲਾ ਆਵਾਜ਼ ਭਾਈ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ